ਦੁਬਈ 'ਚ ਵਸਣ ਵਾਲੇ ਪੰਜਾਬੀ ਜਵਾਨਾਂ ਨੇ ਦੁਬਈ ਦੇ ਵਿੱਚ ਵੀ ਕੁਸ਼ਤੀ ਦੇ ਮੇਲੇ ਲਾਉਣੇ ਸ਼ੁਰੂ ਕਰ ਦਿੱਤੇ ਨੇ। ਫਰਕ ਸਿਰਫ ਇੰਨਾ ਹੈ ਕਿ ਸਾਡੇ ਮਜਮਿਆਂ 'ਚੋਂ ਆਵਾਜ਼ਾਂ ਆਉਂਦੀਆਂ ਨੇ ਉਹ ਬਚ ਕੇ ਨਾ ਜਾਵੇ, ਅਤੇ ਦੁਬਈ ਦੇ ਕੁਸ਼ਤੀ ਦੇ ਮਜਮਿਆਂ 'ਚੋਂ ਆਵਾਜ਼ਾਂ ਆਉਂਦੀਆਂ ਨੇ ਯਾ ਹਬੀਬੀ ਤੁੰਨ ਕੇ ਰੱਖ ਤੁੰਨ। ਆਓ ਇਸ ਬਾਰੇ ਲਗੋਟੇ ਕੱਸ ਕੇ ਰਿਪੋਰਟ ਸੁਣਦੇ ਹਾਂ। ਮੇਰਾ ਵੀ ਦਿਲ ਕਰਦਾ ਮੈਂ ਕੁਸ਼ਤੀ ਲੜਾਂ, ਪਰ ਮੇਰਾ ਢਿੱਡ ਹੀ ਬਹੁਤ ਬਾਹਰ ਆਇਆ। ਇਹ ਕੰਮ ਫਜ਼ੂਲ ਜਿਹਾ ਹੀ ਆ, ਮੈਨੂੰ ਇੱਥੇ 8 ਘੰਟੇ ਖਲੋ ਕੇ ਅਹਿਸਾਸ ਹੋਇਆ। ਉਹ ਯਾਰ ਮੇਰੇ ਵਾਸਤੇ ਕਿਤੋਂ ਪਾਣੀ ਲੈ ਕੇ ਆ, ਮਾਈਕ ਮੈਨੂੰ ਫੜਾ ਦੇ। ਮੈਂ ਇੱਥੇ ਦੇ ਅਰਬੀਆਂ ਨੂੰ ਵੀ ਦਾਵਤ ਦਿੱਤੀ ਮੇਰੇ ਨਾਲ ਕੁਸ਼ਤੀ ਕਰੋ, ਕਹਿੰਦੇ ਪਹਿਲੇ ਸਾਡੇ ਊਂਟ ਨੂੰ ਢਾਹ ਕੇ ਵਿਖਾ। ਇੱਥੇ ਕਿਹੜੀ ਭਵਾਨੀ, ਭਵਾਨੀ ਤਾਂ ਗੁਜਰਾਲੇ ਦੀ। ਖਾੜੇ 'ਚ ਲੱਤ ਫੜੀ ਗਈ ਤਾਂ ਠੀਕ, ਨਹੀਂ ਤਾਂ ਖਾੜਿਓਂ ਬਾਹਰ ਜਾ ਕੇ ਵੱਢ ਦਿੱਤੀ। ਇਸ ਨਵੇਂ ਸ਼ੌਕ ਦੇ ਬਾਰੇ 'ਚ ਇੱਥੇ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਦੁਬਈ ਦੀ ਖਜੂਰ ਮਸ਼ਹੂਰ ਹੋ ਸਕਦੀ ਹੈ, ਪਰ ਦੁਬਈ ਦਾ ਭਵਾਨ ਕਦੇ ਮਸ਼ਹੂਰ ਨਹੀਂ ਹੋ ਸਕਦਾ। ਕੈਮਰਾਮੈਨ ਅਤੇ ਮੈਂ ਜੀਓ ਤੇਜ਼।